ਗੁੱਡ ਮਾਰਨਿੰਗ ਕਲਾਸ 6 ਕਲਾਸ 6 ਬੱਚੇ ਅੱਜ ਜੋ ਅਸੀਂ ਟੋਪਿਕ ਕਰਨ ਜਾ ਰਹੇ ਹਾਂ ਉਹ ਹੈ ਫ੍ਰੈਕਸ਼ਨ ਚੈਪਟਰ 6 ਹੈ ਫ੍ਰੈਕਸ਼ਨ ਫ੍ਰੈਕਸ਼ਨ ਚੈਪਟਰ ਬੱਚੇ ਤੁਹਾਡੇ ਵਾਸਤੇ ਕੋਈ ਨਵਾਂ ਚੈਪਟਰ ਨਹੀਂਗਾ ਕਲਾਸ 5 ਦੇ ਵਿੱਚ ਵੀ ਵਿੱਚ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਸੋ ਅੱਜ ਦੁਬਾਰਾ ਅਸੀਂ ਇਹ ਚੀਜ਼ ਨੂੰ ਦੇਖੋ ਕਲਾਸ 6 ਦੇ ਵਿੱਚ ਰਿਵਾਈਜ਼ ਕਰ ਰਹੇ ਹਾਂ ਸੋ ਇਟ ਇਜ਼ ਵੈਰੀ ਸਿੰਪਲ ਕਨਸੈਪਟ ਪਿਕਚਰਾਇਜ਼ਿੰਗ ਪਿਕਚਰਾਇਜ਼ਿੰਗ ਨਾਲ ਸਮਝਾਇਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਫ੍ਰੈਕਸ਼ਨ ਵਰਕ ਕਰਦਾ ਹੈ ਉੰਜਵੇਂ ਦੇਖੋ ਰਾਈਟ ਦਾ ਕੁਐਸਚਨ ਨੰਬਰ 1 ਹੈ ਤੁਹਾਡੇ ਕੋਲ ਕੁਐਸਚਨ ਨੰਬਰ 1 ਦੇਖੋ ਧਿਆਨ ਨਾਲ ਕੁਐਸਚਨ ਨੰਬਰ 1 ਦੇ ਵਿੱਚ ਕਹਿ ਰਿਹਾ ਰਾਈਟ ਦਾ ਫ੍ਰੈਕਸ਼ਨ ਆਫ ਦਾ ਈਚ ਆਫ ਈਚ ਸ਼ੇਡਡ ਪਾਰਟ ਕਲੀਅਰ ਦੇਖੋ ਤੁਹਾਨੂੰ نیچے ਸ਼ੇਡਡ ਪਾਰਟ ਦਿੱਤੇ ਹੋਏ ਨੇ ਆ ਦੇਖੋ ਆ ਫਿਗਰਸ ਦਿੱਤੀ ਹੋਈਆਂ ਨੇ ਤੁਸੀਂ ਦੱਸਣਾ ਕਿ ਇਹਦੀ ਫ੍ਰੈਕਸ਼ਨ ਕੀ ਬਣੇਗੀ ਸਭ ਤੋਂ ਪਹਿਲੇ ਦੇਖਣਾ ਕਿ ਡਾਇਗਰਾ ਡਜੋਇਨ ਡਾਇਗਰਾਮ ਦੇ ਵਿੱਚ ਇਹਦੇ ਕਿੰਨੇ ਪਾਰਟਸ ਬਣਾਏ ਹੋਏ ਨੇ ਹਨਾ ਦੇਖੋ ਲਾਈਨਸ ਨਾਲ ਇਹਨੇ 3 4 1 2 3 4 ਚਾਰ ਪਾਰਟ ਦੇ ਵਿੱਚ ਇਹ ਫਿਗਰ ਬਣੀ ਹੋਈ ਆ। ਕਲੀਅਰ? ਹੋਰ ਇਹਦੇ ਵਿੱਚ ਜਿਹੜਾ ਸ਼ੈਡੇਡ ਪਾਰਟ ਹੈਗਾ ਉਹ ਇੱਕੋ ਹੀ ਹੈ ਬਾਕੀ ਚਾਰ ਖਾਲੀ ਗਏ ਨੇ। ਹਨਾ? ਇੱਕ ਸ਼ੈਡੇਡ ਪਾਰ ਇੱਕੋ ਹੀ ਗਾ। ਸੋ ਤੇ ਇਹਦੇ ਵਾਸਤੇ ਫ੍ਰੈਕਸ਼ਨ ਕਿਹੜੀ ਆਏਗੀ? ਇਹਦੇ ਵਾਸਤੇ ਫ੍ਰੈਕਸ਼ਨ ਆਏਗੀ। ਟੋਟਲ ਪਾਰਟ ਕਿੰਨੇ ਗਏ ਦੇ ਬੱਚੇ? 1 2 3 4। ਚਾਰ ਟੋਟਲ ਪਾਰਟ ਆ। ਉਹਨਾਂ ਵਿੱਚੋਂ ਸ਼ੈਡੇਡ ਪਾਰਟ ਇੱਕੋ ਹੀ ਆ। ਕਿਉਂਕਿ ਨੇ ਸ਼ੈਡੇਡ ਪਾਰਟ ਵਾਸਤੇ ਕਿਹਾ ਕਿ ਰਾਈਟ ਦਾ ਫ੍ਰੈਕਸ਼ਨ ਆਫ ਈਚ ਸ਼ੈਡੇਡ ਪਾਰਟ। ਸੋ ਇੱਕੋ ਸ਼ੈਡੇਡ ਪਾਰਟ ਆ। ਸੋ ਆਨਸਰ ਕੀ ਆਏਗਾ ਦਾ 1/4। ਸੋ ਇਸੇ ਤਰ੍ਹਾਂ ਬੱਚੇ ਦੇਖੋ ਕੁਐਸਚਨ ਜਿਹੜਾ ਸੈਕੰਡ ਪਾਰਟ ਹੈਗਾ ਇਹ ਫਿਗਰ ਦੇ ਵਿੱਚ ਕਿੰਨੇ ਸ਼ੇਡਡ ਪਾਰਟ ਨੇ ਦੋ ਸੋ ਫ੍ਰੈਕਸ਼ਨ ਕੀ ਆਏਗੀ ਬੱਚੇ ਟੋਟਲ ਪਾਰਟ ਕਿੰਨੇ ਨੇ 1 2 3 4 ਸੋ 1/2/4 ਕੀ ਆਏਗੀ ਬੱਚੇ 2/4 ਠੀਕ ਹੈ ਹੁਣ ਦੇਖੋ 2/4 ਹੈ ਇਸੇ ਤਰ੍ਹਾਂ ਸੀ ਪਾਰਟ ਤੁਸੀਂ ਦੇਖੋਗੇ ਸੀ ਪਾਰਟ ਦੀ ਕਿੰਨੀ ਆਏਗੀ ਇਹਦੇ ਟੋਟਲ ਪਾਰਟ ਕਿੰਨੇ ਨੇ ਬੱਚੇ ਸੀ ਪਾਰਟ ਦੇ ਟੋਟਲ ਹੈ 1 2 3 4 5 6 6 ਟੋਟਲ ਪਾਰਟ ਨੇ ਕਵੈਸਚਨ ਨੰਬਰ 6 ਤੇ 6 ਟਾਟਰ ਪਾਰ ਨੇ ਔਰ ਕਿੰਨੇ ਸ਼ੈਡਰ ਪਾਰ ਨੇ 1 2 3 4 4 ਸ਼ੈਡਰ ਪਾਰ ਨੇ ਸੋ ਫ੍ਰੈਕਸ਼ਨ ਕੀ ਆਏਗੀ 4/6 ਆਏਗੀ ਠੀਕ ਹੈ ਇਸੇ ਤਰ੍ਹਾਂ ਬੱਚੇ ਤੁਸੀਂ ਇਹਦੀ ਫ੍ਰੈਕਸ਼ਨ ਲਿਖੋਗੇ ਇਹਦੀ ਫ੍ਰੈਕਸ਼ਨ ਕਿੰਨੀ ਆਏਗੀ ਡੀ ਪਾਰਟ ਦੀ ਯੂ نو ਕਿੰਨੀ ਆਏਗੀ ਹੁਣ ਇਸ ਤੋਂ ਬਾਅਦ ਇਸੇ ਤਰ੍ਹਾਂ ਈ ਪਾਰਟ ਐਫ ਪਾਰਟ ਜੀ ਪਾਰਟ ਐਚ ਪਾਰਟ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਹੁਣ ਇਹਨਾਂ ਦੀ ਆਪ ਹੀ ਤੁਸੀਂ ਨਿਕਾਲ ਲੈਣੀ ਹੈ ਜਿੰਨਾਂ ਬੱਚਿਆਂ ਕੋਲ ਬੁੱਕ ਸੀਗੀ ਹੈ ਉਹ ਬੱਚੇ ਬੁੱਕਸ ਦੇ ਉੱਤੇ ਹੀ ਇਹ ਕੁਐਸਚਨ ਕਰ ਲੈਣਗੇ ਸਾਈਡ ਦੇ ਉੱਤੇ ਤੁਸੀਂ ਲਿਖ ਲੋਗੇ ਕਾਪੀਜ਼ ਤੇ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਬੱਚੇ ਜਿਨ੍ਹਾਂ ਕੋ ਬੁੱਕਸ ਨਹੀਂ ਹੀਗੀਆਂ ਉਹ ਬੱਚੇ ਛੋਟਾ ਜਿਹਾ ਇੱਕ ਆਪਣਾ ਰਫ ਪੇ ਫਿਰ ਕਾਪੀ ਦੇ ਉੱਤੇ ਕਰ ਸਕਦੇ ਨੇ ਜਾਂ ਰਫ ਪੇ ਤੇ ਵੀ ਕਰ ਸਕਦੇ ਨੇ ਜਦੋਂ ਬੁੱਕਸ ਲੈਣਗੇ ਤੇ ਉਦੋਂ ਉਹਨੂੰ ਆਪਣੇ ਕੰਮ ਨੂੰ ਕਰ ਲੈਣਗੇ ਕਲੀਅਰ ਸੋ ਨਾਓ ਡਿਸਕਸ ਦਾ ਐਕਸ ਕੁਐਸਚਨ ਨੰਬਰ ਕੁਐਸਚਨ ਨੰਬਰ 2 ਕੁਐਸਚਨ ਨੰਬਰ 2 ਦੇ ਵਿੱਚ ਦੇਖੋ ਬੱਚੇ ਕਹਿ ਰਿਹਾ ਹੈ ਕਿ ਰਾਈਟ ਦਾ ਫ੍ਰੈਕਸ਼ਨ ਆਫ ਈਚ ਸ਼ੇਡੇਡ ਪਾਰਟ ਸਬ ਗਰੂਪ ਅ ਬੱਚੇ ਅਭੀ ਉਸੇ ਤਰ੍ਹਾਂ ਹੀ ਕਰਨਾ ਐ ਕੋਈ ਓਕਾ ਕੰਮ ਨਹੀਂਗਾ ਐ ਵੀ ਤੁਸੀਂ ਸੇਮ ਉਸੇ ਤਰ੍ਹਾਂ ਕਰਨਾ ਤੁਸੀਂ ਕਰ ਸਕਦੇ ਹੋ ਟੋਟਲ ਪਾਰਟ ਦੇਖ ਕੇ ਤੇ ਟੋਟਲ ਪਾਰਟ ਦੇਖ ਕੇ ਤੁਸੀਂ ਜਿੰਨੇ ਸ਼ੇਡੇਡ ਪਾਰਟ ਨੇ ਓਨਲੀ ਉਹਦੀ ਫ੍ਰੈਕਸ਼ਨ ਲਿਖ ਸਕਦੇ ਹੋ ਠੀਕ ਹੈ ਕੋਈ ਓਕਾ ਕੰਮ ਨਹੀਂ ਇਹਦੇ ਵਿੱਚ ਵੀ ਸੋ ਬੱਚੇ ਕੁਐਸਚਨ ਨੰਬਰ 3 ਤੁਸੀਂ ਦੇਖ ਰਹੇ ਹੋ ਵੈਰੀ ਇੰਪੋਰਟੈਂਟ ਕੁਐਸਚਨ ਕੁਐਸਚਨ ਨੰਬਰ 3 ਦੇ ਵਿੱਚ ਉਹ ਕਹਿ ਰਿਹਾ ਹੈ ਹੋ ਵਿਚ ਫ੍ਰੈਕਸ਼ਨ ਦੇਖੋ ਤੁਹਾਨੂੰ ਕਿੰਨੀਆਂ ਫ੍ਰੈਕਸ਼ਨ ਦਿੱਤੀਆਂ 1 2 3 4 5 6 7 ਸੈਵਨ ਫ੍ਰੈਕਸ਼ਨ ਤੁਹਾਨੂੰ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ ਉਹ ਕਹਿ ਰਿਹਾ ਕੁਸ਼ਚਨ ਦੇਖੋ ਕੁਸ਼ਚਨ ਪੜ੍ਹੋ ਕੀ ਕਹਿ ਰਿਹਾ ਕੁਸ਼ਚਨ ਕਹਿ ਰਿਹਾ ਕਿ ਵਿਚ ਆ ਵਿਚ ਫ੍ਰੈਕਸ਼ਨ ਇਜ਼ ਗ੍ਰੇਟਰ ਨਿਊਮੇਟਰ ਨਿਊਮੇਟਰ ਗ੍ਰੇਟਰ ਦੈਨ ਡਿਨੋਮੀਨੇਟਰ ਕਿ ਸਾਰੀ ਫ੍ਰੈਕਸ਼ਨ ਦੇ ਵਿੱਚੋਂ ਦੱਸੋ ਕਿਹੜੀ ਉਹ ਫ੍ਰੈਕਸ਼ਨਸ ਨੇ ਜਿਨ੍ਹਾਂ ਦਾ ਨਿਊਮੇਟਰ ਵੱਡਾ ਹੈ ਡਿਨੋਮੀਨੇਟਰ ਨਾਲ ਬੱਚੇ ਡਿਨੋਮੀਨੇਟਰ ਉਹ ਨਿਊਮੇਟਰ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ 7/10 ਹੁਣ 7/10 ਐਗਜ਼ਾਮਪਲ ਲਈ ਆਪਾਂ ਜਿਹੜਾ ਉੱਪਰ ਜਿਹੜਾ ਫ੍ਰੈਕਸ਼ਨ ਦੇ ਵਿੱਚ ਜਿਹੜਾ ਉੱਪਰਲਾ ਪਾਰਟ ਹੁੰਦਾ ਉਹਨੂੰ ਆਪਾਂ ਕੀ ਬੋਲਦੇ ਆ ਨਿਊਮਿਨੇਟਰ ਨਿਊਮਿਨੇਟਰ ਕਲੀਅਰ ਜਿਹੜਾ نیچے ਵਾਲਾ ਪਾਰਟ ਹੁੰਦਾ ਉਹਨੂੰ ਆਪਾਂ ਕੀ ਬੋਲਦੇ ਆ ਡਿਨੋਮੀਨੇਟਰ ਡੀ ਤੋਂ ਡਿਨੋਮੀ ਤੋਂ ਯਾਦ ਰੱਖਿਆ ਕਰੋ ਡਿਨੋਮੀਨੇਟਰ ਜਿਹੜਾ نیچے ਹੁੰਦਾ ਕਲੀਅਰ ਨਿਊਮਿਨੇਟਰ ਕਹਿੰਦਾ ਜਿਹੜਾ ਉੱਪਰ ਹੁੰਦਾ ਸੋ ਉਹਨੇ ਪੁੱਛਿਆ ਸੀ ਕਿ ਕਿਹੜਾ ਫ੍ਰੈਕਸ਼ਨ ਇਹਦੇ ਵਿੱਚ ਨਿਊਮਿਨੇਟਰ ਵੱਡਾ ਵਾ ਡਿਨੋਮੀਨੇਟਰ ਨਾਲੋਂ ਸੋ ਐ ਫ੍ਰੈਕਸ਼ਨ ਦੇ ਵਿੱਚ ਕੀ ਹੋਏਗਾ ਇਹਦੇ ਵਿੱਚ ਨਹੀਂ ਹੋਏਗਾ ਹਨਾ ਐ ਫ੍ਰੈਕਸ਼ਨ ਦੇ ਵਿੱਚ ਨਹੀਂਗਾ ਕਿਉਂਕਿ ਇਹਦੇ ਵਿੱਚ ਡਿਨੋਮੀਨੇਟਰ ਵੱਡਾ ਵਾ ਡਿਨੋਮੀਨੇਟਰ 10 ਆ ਔਰ ਨਿਊਮੀਨੇਟਰ 7 ਆ ਕਲੀਅਰ ਸੋ ਹੁਣ ਆਪਾਂ ਸਰਕਲ ਕਰਦੇ ਹਾਂ ਤੁਸੀਂ ਵੀ ਇਹਦੇ ਵਿੱਚ ਕਿਤਾਬ ਦੇ ਉੱਤੇ ਸਰਕਲ ਹੀ ਕਰ ਲਿਓ ਜਿਹੜੇ ਵੱਡੇ ਨੇ ਹੁਣ ਵੱਡੇ ਕਿਹੜੇ ਨੇ ਦੇਖੋ 7/8 ਇਹ ਤਾਂ ਨਹੀਂ ਆਏਗਾ ਇਹ ਵੱਡਾ 5/3 ਹਾਂ 5 ਵੱਡਾ ਹੁੰਦਾ 3 ਨਾਲੋਂ ਯੈਸ ਦੂਜਾ ਵੀ ਆਏਗਾ ਕਿਉਂਕਿ 11 ਵੱਡਾ ਹੁੰਦਾ 10 ਨਾਲੋਂ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ 15/8 ਆਏਗਾ ਬਸ ਐ ਤਿੰਨ ਫ੍ਰੈਕਸ਼ਨਸ ਆਣ ਗਿਆ ਜਿੰਨਾਂ ਦੇ ਵਿੱਚ ਕੀ ਹੈ ਨਿਊਮੀਨੇਟਰ ਵੱਡਾ ਹੈ ਡਿਨੋਮੀਨੇਟਰ ਨਾਲੋਂ ਈਜ਼ੀ ਹੈ ਨਾ ਬੱਚੇ ਠੀਕ ਹੈ ਸੋ نیچے ਵਾਲਾ ਤੁਸੀਂ ਦੇਖੋ ਇਹ ਤੁਸੀਂ ਖੁਦ ਆਪ ਹੀ ਕਰ ਲੈਣਾ ਹੁਣ ਉਹ ਦੇ ਕਹਿ ਰਿਹਾ ਕਿ ਟੋਟਲ ਸ਼ੇਡਡ ਪਾਰਟ ਅਕੋਰਡਿੰਗ ਟੂ ਦਾ 기ਵਨ ਫ੍ਰੈਕਸ਼ਨ ਹੁਣ ਇੱਥੇ 기ਵਨ ਫ੍ਰੈਕਸ਼ਨ ਕੀ ਹੈ ਇੱਥੇ 기ਵਨ ਫ੍ਰੈਕਸ਼ਨ ਦਿੱਤੀ ਹੈ 7/8 ਹਾਂ ਜੀ ਬੱਚੇ 7/8 ਦਿੱਤੀ ਹੈ 기ਵਨ ਫ੍ਰੈਕਸ਼ਨ ਇਸ 7/8 ਸੀ ਸੋ 7/8 ਦਾ ਮਤਲਬ ਕੀ ਹੈ ਬੱਚੇ ਟੋਟਲ ਪਾਰਟ 8 ਹੋਣਗੇ ਤੇ ਆਪਾਂ ਉਹਦੇ ਵਿੱਚੋਂ 7 ਜਿਹੜੇ ਨੇ ਉਹ ਸ਼ੇਡ ਕਰ ਦੇਣੇ ਠੀਕ ਹੈ ਉਹਨੇ ਸ਼ੇਡ ਕਰਨ ਲਈ ਕਿਹਾ ਨਾ ਸ਼ੇਡ ਕਰ ਦੇਣੇ 7 ਪਾਰਟ 7 ਪਾਰਟ ਕਿਹੜੇ ਹੋਗੇ ਫਰਸਟ ਪਾਰਟ ਇਹ ਦੇਖੋ ਐ ਮੈਂ ਫਰਸਟ ਪਾਰਟ ਸ਼ੇਡ ਕਰ ਰਿਹਾ ਠੀਕ ਹੈ ਟੋਟਲ 8 ਪਾਰਟ ਨੇ ਉਹਦੇ ਵਿੱਚੋਂ 7 ਆਪਾਂ ਛੇਡ ਕਰ ਦੇਣੇ ਇਸੇ ਤਰੀਕੇ ਨਾਲ ਤੁਸੀਂ ਛੇਡ ਕਰ ਸਕਦੇ ਹੋ ਨੂੰ ਪਾਰਟਸ ਨੂੰ ਕਲੀਅਰ ਇੱਕ ਨਹੀਂ ਸ਼ੇਡ ਕਰਾਂਗੇ ਠੀਕ ਹੈ ਹੁਣ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਹੈਗਾ 2/3 ਇਟ ਮੀਨਸ ਦੋ 파ਟ ਤੁਸੀਂ ਸ਼ੇਡ ਕਰ ਦੋ ਕੋਈ ਦੋ 파ਟ ਤੁਸੀਂ ਸ਼ੇਡ ਕਰ ਸਕਦੇ ਹੋ ਆ ਦੇਖੋ ਮੈਂ ਸ਼ੇਡ ਕਰਤੇ ਕੋਈ ਦੋ 파ਟ ਠੀਕ ਹੈ ਐ ਫ੍ਰੈਕਸ਼ਨ ਆ ਗਈ ਹੁਣ ਦੂਸਰੇ ਨੈਕਸਟ ਦੇ ਵਿੱਚ ਉਹ ਕੀ ਕਹਿ ਰਿਹਾ ਨੈਕਸਟ ਦੇ ਵਿੱਚ ਕਹਿ ਰਿਹਾ 2/6 ਕਹਿ ਰਿਹਾ 2/6 ਕਹਿ ਰਿਹਾ ਇਟ ਮੀਨਸ ਇਹਦੇ ਦੋ 파ਟ ਹਨ ਕੋਈ ਵੀ ਦੋ ਪੋਰਸ਼ਨ ਇਹਦੇ ਤੁਸੀਂ ਸ਼ੇਡ ਕਰ ਦੋ ਕੋਈ ਵੀ ਦੋ ਪੋਰਸ਼ਨ ਕਰ ਦੋ ਠੀਕ ਹੈ ਲਾਸਟ ਦੇ ਵਿੱਚ ਕੀ ਕਹਿ ਰਿਹਾ ਉਹ 7/9 ਕਹਿ ਰਿਹਾ 7/9 ਦਾ ਇਟ ਮੀਨਸ 7 파ਟ ਤੁਸੀਂ ਇਹਦੇ 7 ਸਰਕਲ ਕਰ ਦੋ ਟੋਟਲ ਲਾਈਨ ਨੇ ਆਪਾਂ 7 ਸ਼ੇਡ ਕਰਦਨੇ ਲੋ ਜੀ 7 ਸ਼ੇਡ ਕਰਦੇ ਸੋ ਬੱਚੇ ਬਹੁਤ ਹੀ ਆਸਾਨ ਨੇ ਕੁਐਸਚਨ ਠੀਕ ਹੈ ਬਹੁਤ ਹੀ ਇਜ਼ੀ ਨੇ ਸੋ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਦੇ ਵਿੱਚ ਤੁਹਾਨੂੰ ਸੋ ਬੱਚੇ ਨੈਕਸਟ ਕੁਐਸਚਨ ਜੋ 5th ਕੁਐਸਚਨ ਹੈਗਾ ਉਹ ਕੀ ਉਹ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ ਧਿਆਨ ਦਿਓ ਉਹ ਕੁਐਸਚਨ ਦੇ ਵਿੱਚ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਆ ਜਿੰਨੇ ਵੀ ਆਥਰੇ ਫ੍ਰੈਕਸ਼ਨ ਦਿੱਤੀ ਹੋਈਆਂ ਨਾ ਆ ਫ੍ਰੈਕਸ਼ਨ ਦਿੱਤੀ ਹੋਈਆਂ ਨੇ ਇਨਾਂ ਦੀ ਜਿਓਮੈਟ੍ਰੀਕਲ ਫਿਗਰ ਤੁਸੀਂ ਬਣਾਣੀ ਹੈ ਜਿਓਮੈਟ੍ਰੀਕਲ ਫਿਗਰ ਬਣਾ ਕੇ ਐਸ ਫ੍ਰੈਕਸ਼ਨ ਨੂੰ ਰਿਪਰੈਜ਼ੈਂਟ ਕਰਨਾ ਹੈ ਕਲੀਅਰ ਹੁਣ ਜਿਵੇਂ ਕੁਐਸਚਨ ਅਸੀਂ ਆ ਦੇਖਦੇ ਆ 1/6 1/6 ਨੂੰ ਅਗਰ ਰਿਪਰੈਜ਼ੈਂਟ ਕਰਨਾ ਹੈ ਤੁਸੀਂ ਕੀ ਕਰੋਗੇ ਤੁਸੀਂ ਇੱਕ ਵੱਡਾ ਬਾਕਸ ਲਓ ਉਹਦੇ ਵਿੱਚ 6 ਸਬ ਪਾਰਟ ਬਣਾ ਦਿਓ ਹਨਾ 6 ਸਬ ਪਾਰਟ ਬਣਾ ਦਿਓ ਦੇਖੋ 6 1 2 3 4 5 6 6 ਪਾਰਟ ਬਣ ਗਏ ਠੀਕ ਹੈ 6 ਪਾਰਟ ਬਣ ਗਏ ਕਲੀਅਰ ਆ ਹੁਣ ਇਹ ਫ੍ਰੈਕਸ਼ਨ ਆਪਾਂ ਬਣਾਵਾਂਗੇ ਤੁਰੇ ਚੁਕਦਾ ਵਨ ਬਾਕਸ ਕੀ ਕਰਨਾ ਤੁਸੀਂ ਸ਼ੇਡ ਕਰ ਦੋ ਬਾਕੀ 1/6 ਬਣ ਜਾਏਗੀ ਕਲੀਅਰ ਕੋਈ ਵਨ ਇੱਕ ਸ਼ੇਡ ਆਫ ਤੁਸੀਂ ਇਹਨੂੰ ਕਰਤਾ ਆ ਦੇਖੋ ਇਹਨੂੰ ਸ਼ੇਡ ਕਰ ਦਾਂਗੇ ਜਿਹਨੂੰ ਸ਼ੇਡ ਕਰ ਦਾਂਗੇ ਸੋ ਦਿਸ ਡਾਇਗਰਾਮ ਇਜ਼ ਰਿਪਰੈਜ਼েন্টেਡ ਬਾਈ ਦਿਸ ਸੋ ਕੋਈ ਵੀ ਤੁਸੀਂ ਜਿਹੜੀ ਹੈ ਜੀਓਮੈਟਿਕਲ ਫਿਗਰ ਬਣਾ ਸਕਦੇ ਹੋ ਜੁਰੀ ਨਹੀਂ ਕਿ ਬਾਕਸ ਹੀ ਬਣਾਣਾ ਤੁਸੀਂ ਸਰਕਲ ਵੀ ਬਣਾ ਸਕਦੇ ਹੋ ਉਹ ਜਿਵੇਂ ਆਹ ਕੁਐਸਚਨ ਹੈ ਇੱਥੇ 3/5 ਕਹਿ ਰਿਹਾ ਮੈਂ ਇੱਕ ਸਰਕਲ ਲਿਆ ਉਹਦੇ ਆ ਦੋ ਪਾਰਟ ਹੋ ਗਏ ਇਹ ਆ ਉਹਦੇ ਚਾਰ ਪਾਰਟ ਹੋ ਗਏ ਤੇ ਆ ਉਹਦੇ ਟੋੜਕ ਨੇ ਬਾੜੋਗੇ 1 2 3 4 5 ਠੀਕ ਹੈ ਪਰ ਇਕੁਅਲ ਬਣਾਣੇ ਆ ਦੇਖੋ ਮੇ ਕੋਈ ਇਕੁਅਲ ਨਹੀਂ ਬਣਿਆ ਇਸ ਕਰਕੇ ਤੁਸੀਂ ਬਾਕਸ ਬਣਾ ਸਕਦੇ ਹੋ ਕੁਛ ਵੀ ਬਣਾ ਸਕਦੇ ਹੋ ਪਰ ਉਹ ਇਕੁਅਲ ਜੇ ਹੋਣ ਠੀਕ ਹੈ ਇਕੁਅਲ ਪਾਰਟ ਬਣਾਓ ਉਹਦੇ ਇਸ ਤਰ੍ਹਾਂ ਨਹੀਂ ਜਿਵੇਂ ਮੈਂ ਬਣਾਇਆ ਇਹ ਵਿੱਚ ਥੋੜੇ ਆ ਦੇਖੋ ਆ ਦੋ ਡੱਬੇ ਛੋਟੇ ਹੋ ਗਏ ਠੀਕ ਹੈ ਤੁਹਾਨੂੰ ਸਮਝਾਉਣ ਵਾਸਤੇ ਸੋ ਇਸੇ ਤਰੀਕੇ ਨਾਲ ਤੁਸੀਂ ਬਣਾਓ ਔਰ ਵਿੱਚ ਕਹਿੰਦਾ 3 ਪਾਰਟ ਕੀ ਕਰਦੋ ਸ਼ੇਡ ਕਰਦੋ 3 ਪਾਰਟ ਸ਼ੇਡ ਕਰਤੇ 1 2 3 ਆ 3 ਪਾਰਟ ਸ਼ੇਡ ਕਰਤੇ ਬਾਕੀ ਦੋ ਬਚ ਗਏ ਠੀਕ ਹੈ ਸੋ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਜੀਓਮੈਟ੍ਰੀਕਲ ਫਿਗਰ ਬਣਾ ਸਕਦੇ ਹੋ ਇਹ ਤੁਹਾਡਾ ਕੰਮ ਹੈ ਸੋ ਕੁਐਸਚਨ ਨੰਬਰ 6 ਦੇਖੋ ਬੱਚੇ ਇੰਪੋਰਟੈਂਟ ਕੁਐਸਚਨ ਹੈ ਕੁਐਸਚਨ ਸੇ ਵਾਟ ਇਜ਼ ਵਾਟ ਫ੍ਰੈਕਸ਼ਨ ਆਫ ਅ ਡੇ ਇਜ਼ 4 ਆਰ ਕਲੀਅਰ ਤੁਹਾਡੇ ਕੋ ਕਿਹੜੀ ਫ੍ਰੈਕਸ਼ਨ ਹੈ ਜਿਹਦੇ ਨਾਲ ਤੁਹਾਡੇ ਕੋਲ ਵਾਟ ਫ੍ਰੈਕਸ਼ਨ ਆਫ ਅ ਡੇ ਤੋਂ ਡੇ ਦੇ ਵਿੱਚ ਅਗਰ ਆਪਾਂ ਦੇਖੀਏ 4 ਆਰ ਬਣਾਣੇ ਆਪਾਂ ਠੀਕ ਹੈ ਇਹਨੂੰ ਧਿਆਨ ਚ ਦੇਓ 4 ਆਰਸ ਬਣਾਣੇ ਨੇ ਸੋ ਸੋ ਇਹਦੇ ਵਿੱਚ ਅਸੀਂ ਇਸ ਬੱਚੇ ਕਰਾਂਗੇ ਕਿ ਇਹਦੇ ਵਿੱਚ ਅਸੀਂ ਕਰਾਂਗੇ ਸਾਡੇ ਕੋਲ ਪੂਰੇ ਦਿਨ ਦੇ ਵਿੱਚ ਕਿੰਨੇ ਹੁੰਦੇ 24 ਆਵਰਸ ਹੁੰਦੇ ਨਾ ਤੇ ਆਪਾਂ 4 ਆਵਰਸ ਬਣਾਣੇ ਆ ਤੇ ਉੱਪਰ ਲਾ ਦੋ 4 ਠੀਕ ਹੈ ਇਹ ਫ੍ਰੈਕਸ਼ਨ ਕਿਹੜੀ ਬਣ ਗਈ ਥਿਸ ਫ੍ਰੈਕਸ਼ਨ 4 ਬਾਈ ਫ੍ਰੈਕਸ਼ਨ ਸੇ ਇਵਟ ਫ੍ਰੈਕਸ਼ਨ ਹੈ ਨਾ ਜਿਹੜੀ ਫ੍ਰੈਕਸ਼ਨ ਉਹਨਾਂ ਚਾਹੀਦੀ ਜਿਹੜੀ ਫ੍ਰੈਕਸ਼ਨ ਨੂੰ ਪੁੱਛਿਆ ਸੀ ਕਿ ਫ੍ਰੈਕਸ਼ਨ ਆਫ ਅ ਡੇ ਠੀਕ ਹੈ ਇਹ ਦਿਨ ਦੀ ਦਿਨ ਦੀ ਫ੍ਰੈਕਸ਼ਨ ਬਣ ਗਈ ਜਿਹਦੇ ਵਿੱਚ 4 ਆਵਰਸ ਸਾਨੂੰ ਦਿਖਦੇ ਪਏ ਨੇ ਠੀਕ ਹੈ ਬੱਚੇ ਆਸਾਨ ਹੈ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਦੇਖੋ ਵਟ ਫ੍ਰੈਕਸ਼ਨ ਈਅਰ uh, 3 ਮੰਥਸ ਠੀਕ ਹੈ ਕਿਹੜੀ ਫ੍ਰੈਕਸ਼ਨ ਹੋਏਗੀ ਜਿਹਦੇ ਵਿੱਚ ਤੁਹਾਡੇ ਕੋਲ 3 ਮੰਥਸ ਅਸੀਂ ਲਿਖਾਂਗੇ ਕੰਪੇਅਰਿੰਗ ਟੂ ਈਅਰ ਸਰ ਕੋ ਈਅਰ ਦੇ ਵਿੱਚ ਕਿੰਨੇ ਬੱਚੇ ਮੰਥ ਹੁੰਦੇ ਨੇ 12 3 ਮੰਥ ਕੀ ਹੋਏਗਾ 3 ਬਾਈ 12 ਠੀਕ ਹੈ ਬੱਚੇ 3 ਮੰਥਸ ਸੋ ਥਿਸ ਇਜ਼ ਥਿਸ ਫ੍ਰੈਕਟਰ ਫ੍ਰੈਕਸ਼ਨ ਆਫ ਅ ਈਅਰ ਇਜ਼ 3 ਮੰਥਸ ਸੋ ਠੀਕ ਹੈ ਬੱਚੇ ਸਮਝ ਆ ਗਿਆ ਸੋ ਅਸੀਂ ਦੇਖਣਾ ਹੁੰਦਾ ਕਿ ਦੇਖੋ ਜਿਵੇਂ ਈਅਰ ਕਿਹਾ ਈਅਰ ਦੇ ਵਿੱਚ ਕਿੰਨੇ ਮੰਥ ਹੁੰਦੇ ਨੇ ਔਰ 3 ਮੰਥ ਹੁੰਦੇ ਨੇ ਗਿਆ ਸੀ ਤੋਂ 3/ ਅਸੀਂ 12 ਕਰ ਦਿੱਤਾ ਨੈਕਸਟ ਬੱਚੇ ਕੁਐਸਚਨ ਨੰਬਰ ਬੱਚੇ ਕੁਐਸਚਨ ਨੰਬਰ 8 ਵੀ ਸਿਮਿਲਰਲੀ ਉਸੇ ਤਰ੍ਹਾਂ ਅਸੀਂ ਕਰਾਂਗੇ ਔਰ ਵਟ ਫ੍ਰੈਕਸ਼ਨ ਕਿਹੜੀ ਫ੍ਰੈਕਸ਼ਨ ਹੋਏਗੀ ਆਫ ਐਨ ਆਰ ਫ੍ਰੈਕਸ਼ਨ ਕਿਹੜੀ ਹੈ ਆਫ ਐਨ ਆਰ 12 ਮਿੰਟ ਵੀ ਨੋ ਦੈਟ ਇਨ 1 ਆਰ ਵੀ ਹੈਵ 16 ਮਿੰਟਸ और ट्वेल्व की बाय बाई सीन आंसर आएगा ठीक है यह फ्रैक्शन बनेगी जिसे दिख रहा है कि ट्वेल्व मिनट्स आउट ऑफ सिक्सटीन ने सो नाउ द क्वेश्चन क्वेश्चन नंबर ए नाइन क्वेश्चन नाइन कह रहा है कि uh, रचना मिस रचना हैज ट्वेंटी एक्स और को वी अंडे गए शी यूज वन ऑफ फाइव ऑफ एम हाउ मैनी एक्स डज शी यूज क्लियर एच कोई मुश्किल नहीं गई uh, देखो और को 20x सी. ठीक है 20x ਨੂੰ 20x ਦੇ ਵਿੱਚੋਂ ਉਸਨੇ ਯੂਜ਼ ਕਰ ਲੇ 1/5 ਉਹਨੇ ਯੂਜ਼ ਕਰ ਲੇ ਕਲੀਅਰ तो इट मींस ਉਹਦਾ 1/5th ਪਾਰਟ ਉਸਨੇ 1/5th ਪਾਰਟ ਉਸਨੇ ਯੂਜ਼ ਕਰ ਲਿਆ ਉਹਦੇ 1 1/5th ਪਾਰਟ ਉਹਨੇ ਉਹਦਾ ਯੂਜ਼ ਕਰ ਲਿਆ ਤੇ ਉਹਦੇ ਵਿੱਚ ਅਸੀਂ ਮਲਟੀਪਲਾਈ 1/5 ਕਰ ਦਾਂਗੇ ਕਲੀਅਰ ਸੋ ਫਿਫਥ ਪਾਰਟ ਆਫ ਦਾ ਯੂਜ਼ ਕਰ ਲਿਆ اور 5 ਦੇ ਟੇਬਲ ਤੇ ਬੱਚੇ ਦੇਖੋ 20 ਕੱਟਿਆ ਜਾਏਗਾ 5 ਦੇ ਟੇਬਲ ਦੇ 20 ਕੱਟਿਆ ਜਾਏਗਾ 4 ਤੇ ਸੋ ਇਟ ਮੀਨਸ 4 ਐਗਸ ਉਸਨੇ ਯੂਜ਼ ਕਰ ਲਏ 1/5 ਉਸਨੇ ਯੂਜ਼ ਕੀਤੇ ਸੀ ਇਹਨੂੰ ਹੋਰ ਇੱਕ ਐਗਜ਼ਾਮਪਲ ਨਾਲ ਸਮਝੋ ਪ੍ਰੈਕਟੀਕਲ ਐਗਜ਼ਾਮਪਲ ਨਾਲ ਦੇਖੋ ਉਹਦੇ ਕੋ 20 ਐਕਸ ਸੀ ਨਾ 20 ਐਕਸ ਸੀ ਦੇਖੋ 1 2 3 4 5 1 2 3 4 5 1 2 3 4 5 1 2 3 4 5 क्लियर सो ਉਹਦੇ ਮੈਂ 5 5 ਦੇ ਸੈਟ ਬਣਾ ਲਿਆ क्लियर ਥਿਸ ਇਜ਼ ਵਾਟ ਸਰਕਲ ਐਕਸ ਅਗੇਨਸ ਟੋਟਲ 20 ਸੋ ਉਸਨੇ ਕੀ ਕਿਤਾ 1 ਬਾਈ ਹੁਣ ਦੇਖੋ ਪੂਰੀ ਫਿਗਰ ਦਾ 1/5th ਪੂਰੀ ਪੂਰੀ ਫਿਗਰ ਦੀ 1/ ਫ੍ਰੈਕਸ਼ਨ ਕੀ ਬਣੇਗੀ ਇਹ ਦੇਖੋ 1/5 ਕੀ ਬਣੇਗਾ ਥਿਸ ਇਜ਼ ਅ 1/5 ਜਿਹੜਾ ਮੈਂ ਇਹਨੂੰ ਕ੍ਰੈਸ਼ ਕਰਦਾ ਇਹਨੂੰ ਖਤਮ ਕਰਦਾ ਇਹ ਯੂਜ਼ ਕਰ ਲੈ ਟੋਟਲ ਕਿੰਨੇ ਸੀ ਤੁਹਾਡੇ ਕੋਲ ਲਾਈਨ ਆ 1 2 3 4 ਸੌਰੀ ਦੁਬਾਰਾ ਦੇਖੋ ਇਹਨੂੰ ਕੁਸ਼ਣ ਨੂੰ ਹਾਂਜੀ ਬੱਚਿਓ ਕੁਸ਼ਣ ਨੰਬਰ 9 ਦੇਖੋ ਜਰਾ ਕੁਸ਼ਣ ਨੰਬਰ 9 ਕਿਸ ਤਰ੍ਹਾਂ ਕਰਾਂਗੇ ਕੁਸ਼ਣ ਨੰਬਰ 9 ਜਿਹੜਾ ਹੈ ਉਹਦੇ ਵਿੱਚ ਕਹਿ ਰਿਹਾ ਕਿ ਮਿਸ ਰਚਨਾ ਇੱਕ ਲੜਕੀ ਰਚਨਾ ਉਸਕੋ 20 ਐਗਸ ਹੈਗੇ ਨੇ ਸ਼ੀ ਯੂਜ਼ 1/5th ਆਫ ਥੈਮ ਹੁਣ 1/5 ਉਹਨੇ ਯੂਜ਼ ਕਰ ਲਿਆ 1/5 ਯੂਜ਼ ਕਰ ਲਿਆ ਐਂਡ ਹਾਊ ਮੈਨੀ ਐਗਸ ਸ਼ੀ ਯੂਜ਼ ਸਾਨੂੰ ਬਤਾਉ ਉਹਨੇ 1/5 ਯੂਜ਼ ਕਰ ਲਏ ਨੇ ਪਰ ਉਹ ਕਹਿ ਰਹੇ ਨੇ ਕਿ 20 ਐਗਸ ਦੇ ਵਿੱਚੋਂ ਕਿੰਨੇ ਯੂਜ਼ ਕੀਤੇ ਨੇ ਪਰ ਉਹਨਾਂ ਨੇ ਆਪਾਂ ਨੂੰ ਇੱਕ ਆਈਡੀਆ ਦਿੱਤਾ ਹੈ ਕਿ 1/5th ਫ੍ਰੈਕਸ਼ਨ ਜਿਹੜੀ ਆ ਉਹ ਯੂਜ਼ ਕਰ ਚੁੱਕੀ ਹੈ ਕਲੀਅਰ ਬੱਚੇ ਇਹਨੂੰ ਧਿਆਨ ਨਾਲ ਸਮਝੋ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਕਰਨਾ ਕਿਵੇਂ ਆ ਅਸੀਂ ਇਹਨੂੰ ਕਰਨ ਦੇ ਬਹੁਤ ਮੈਥਡ ਨੇ ਪਰ ਤੁਹਾਨੂੰ ਮੈਂ ਇੱਕ ਪ੍ਰੈਕਟੀਕਲ ਮੈਥਡ ਦੱਸਦਾ ਸੋ ਅਸੀਂ ਕੀ ਕਰਦੇ ਆ ਆ x ਨੂੰ x ਪੂਰੇ 20 x ਨੇ ਨਾ ਇਹਨਾਂ ਦੇ 5 ਸੈਟ ਬਣਾਉਣੇ ਆ ਕਿਉਂਕਿ ਇਹਨਾਂ ਨੇ 1/5 ਕੀ ਆ ਨਾ ਪਹਿਲੇ ਉਹਦੇ ਆਪਾਂ 5 ਸੈਟ ਬਣਾਉਣੇ ਆ ਚਲੋ ਤੁਸੀਂ ਇੱਕ ਲਾਈਨਾਂ ਚ ਰੱਖੋ x ਨੂੰ ਚਾਰ-ਚਾਰ ਕਰਕੇ ਰੱਖ ਲਓ 1 2 3 4 5 6 7 8 9 10 11 12 13 14 15 16 17 18 19 20 ਦੇਖੋ ਮੈਂ ਪੂਰੇ 20 x ਜਿਹੜੇ ਸੀ ਉਹ ਉਹ ਇਸ ਤਰ੍ਹਾਂ ਰੱਖ ਦਿੱਤੇ ਆ ਕਲੀਅਰ ਹੁਣ ਆ ਪੂਰੇ 20 ਐਗ ਦੀ ਮੈਂ ਫ੍ਰੈਕਸ਼ਨ ਬਣਾਵਾਗਾ 1/5 ਕਿਸਾ ਬਣੇਗੀ 1/5 ਕਲੀਅਰ ਦੇਖੋ ਇਹ ਮੰਨ ਲਓ ਜਿਹੜੇ ਮੈਂ ਸ਼ੇਡ ਕਰਾਂਗਾ ਉਹ ਮੈਂ ਮੰਨ ਲਓ ਯੂਜ਼ ਕਰ ਲਿਆ ਜਿਹੜੇ ਸ਼ੇਡ ਕਰਾਂਗਾ ਉਹ ਮੈਂ ਯੂਜ਼ ਕਰ ਲਿਆ ਕਲੀਅਰ ਹੁਣ ਦੇਖੋ ਟੋਟਲ ਕਿੰਨੀਆਂ ਲਾਈਨਾਂ ਸੀ 1 2 3 4 5 5 ਲਾਈਨਾਂ ਦੇ ਵਿੱਚੋਂ ਇੱਕ ਲਾਈਨ ਮੈਂ ਕੀ ਕਰ ਲਈ ਹੈ ਯੂਜ਼ ਕਰ ਲਈ ਹੈ ਠੀਕ ਹੈ ਇਹ ਆਂਡੇ ਯੂਜ਼ ਕੀਤੇ ਗਏ ਨੇ ਸੋ ਇਟ ਮੀਨਸ ਸਾਡੇ ਕੋ ਫ੍ਰੈਕਸ਼ਨ ਕੀ ਬਣੀ 1/5 ਠੀਕ ਹੈ ਕਹਿੰਦਾ ਮਨ ਲਓ ਕਿ 5 ਸੀ ਟੋਟਲ ਲਾਈਨਸ ਉਹ ਵਿੱਚੋਂ ਇੱਕ ਲਾਈਨ ਮੈਂ ਯੂਜ਼ ਕਰ ਲਈ ਹੈ ਮੇਰੀ ਗੱਲ ਸਮਝ ਗਏ ਬੱਚੇ ਦੁਬਾਰਾ ਸੁਣੋ 5 ਲਾਈਨਸ ਸੀ ਟੋਟਲ 5 ਲਾਈਨਸ ਦੇ ਵਿੱਚੋਂ ਮੈਂ ਇੱਕ ਲਾਈਨ ਯੂਜ਼ ਕਰ ਚੁੱਕਾ ਤਾਂ ਫ੍ਰੈਕਸ਼ਨ ਕੀ ਬਣ ਗਈ 1/5 ਹੁੰ ਤੁਸੀਂ ਦੱਸੋ ਜਿਹੜੀ ਯੂਜ਼ ਕਰ ਚੁੱਕਾ ਉਹਦੇ ਕਿੰਨੇ ਉਹਦੇ ਵਿੱਚ ਕਿੰਨੇ ਅੱਗੇ ਗਏ ਨੇ 1 2 3 4 4 ਅੱਗੇ ਨੇ ਸੋ ਤੁਸੀਂ ਲਿਖ ਸਕਦੇ ਹੋ ਕਿ ਸ਼ੀ ਯੂਜ਼ਡ ਸ਼ੀ ਯੂਜ਼ਡ ਓਨਲੀ 4x ਠੀਕ ਹੈ ਬੱਚੇ ਆਸਾਨ ਹੈ ਇਸੇ ਤਰ੍ਹਾਂ ਡਾਇਗਰਾਮ ਨੂੰ ਤੁਸੀਂ ਆਪਣੀ ਕਾਪੀ ਦੇ ਉੱਤੇ ਬਣਾ ਸਕਦੇ ਹੋ ਔਰ ਪ੍ਰੂਫ ਕਰ ਸਕਦੇ ਆ ਕਲੀਅਰ ਹੈ ਉਸ ਤੋਂ ਬਾਅਦ ਬੱਚੇ ਦੇਖੋ ਇੱਕ ਹੋਰ ਤਰੀਕਾ ਵੀ ਹੈ ਉਹ ਵੀ ਤੁਹਾਨੂੰ ਮੈਂ ਦੱਸਣਾ ਜਾਵਾਂਗਾ ਹੁਣ ਜਿਵੇਂ ਦੇਖੋ ਸ਼ੀ ਹੈਵਿੰਗ 20x ਉਹਨੂੰ 20x ਜਿੰਨੀ ਵੀ ਫ੍ਰੈਕਸ਼ਨ ਦਿੱਤੀ ਹੋਵੇ ਉਹਨੂੰ ਉਸਦੇ ਨਾਲ ਮਲਟੀਪਲਾਈ ਕਰ ਦਿਓ ਠੀਕ ਹੈ ਉਨੁਰਦ ਨਾਲ ਮਲਟੀਪਲਾਈ ਕਰੋ 20 ਨੂੰ 1 ਨਾਲ ਮਲਟੀਪਲਾਈ ਕਰੋਗੇ ਕੀ ਆਏਗਾ ਬੱਚੇ 20 نیچے ਕੀ ਬਚਿਆ 5 ਠੀਕ ਹੈ ਫਿਰ ਉਸ ਤੋਂ ਬਾਅਦ ਕੀ ਹੈ 20 ਨੂੰ 5 ਨਾਲ ਡਿਵਾਈਡ ਕਰਤਾ 5 ਦੇ ਟੇਬਲ ਦੇ 20 ਆਉਂਦਾ 4 ਤੇ ਹੈਨਾ ਕਿਤੇ ਆਉਂਦਾ 4 ਤੇ ਸੋ so 20 ਕੱਟਿਆ ਗਿਆ ਆਨਸਰ ਆ ਗਿਆ 4 ਇਟ ਮੀਨਸ ਕਿੰਨੇ ਐਗਸ ਯੂਜ਼ ਕੀਤੇ ਗਏ 4 ਸੋ ਇਹ ਵੀ ਤਰੀਕਾ ਇੱਕ ਤੁਸੀਂ ਨੋਟ ਕਰ ਲਓ ਨਾਲ ਹੀ ਤੁਸੀਂ ਇਹਨੂੰ ਵੀ ਕਰ ਸਕਦੇ ਹੋ ਠੀਕ ਹੈ ਚਲੋ ਨੈਕਸਟ ਦੇਖਦੇ ਹਾਂ ਕੁਐਸਚਨ ਨੰਬਰ 10 ਦੇਖੋ ਬੱਚੇ ਕੁਐਸਚਨ ਨੰਬਰ 10 ਅ ਫਿਰ ਅਗੇਨ ਇਹਨੂੰ ਇਸੇ ਤਰ੍ਹਾਂ ਕਹਿਣਾ ਕੀਤਾ ਜਾ ਸਕਦਾ ਕੁਐਸਚਨ ਨੰਬਰ 10 ਚ ਕੀ ਕਹਿ ਰਿਹਾ ਹੋ ਕੁਐਸਚਨ ਨੰਬਰ 10 ਚ ਕਹਿ ਰਿਹਾ ਕਿ ਯੋਗੇਸ਼ ਹੈਜ਼ 40 ਬਿਸਕਟਸ ਪੈਕੇਟ ਸੋਰੀ ਪੈਕੇਟ ਆਫ ਬਿਸਕਟ 40 ਬਿਸਕੁੜਾ ਦੇ ਪੈਕੇਟ ਨੇ ਕਲੀਅਰ ਉਹਦੇ ਵਿੱਚੋਂ 1 1/10 ਉਸਨੇ ਯੂਜ਼ ਕਰ ਲਏ ਨੇ ਉਹਦੀ ਸਿਸਟਰ ਨੇ ਗਿਵਸ ਦੇ ਦਿੱਤੇ ਹਨਾ ਆਪਣੀ ਭੈਣ ਨੂੰ ਕਿੰਨੇ ਦਿੱਤੇ ਇੱਕ ਬੜਾ 10 ਉਹਦੇ 파ਟ ਦੇ ਦਿੱਤੇ ਹਾਊ ਮੈਨੀ ਬਿਸਕਟ ਡਸ਼ ਸ਼ੀ ਸਿਸਟਰ ਗੈਟ ਦੋਨੇ ਆਪਣੇ ਭੈਣ ਨੂੰ ਕਿੰਨੇ ਬਿਸਕਟ ਦਿੱਤੇ ਠੀਕ ਹੈ ਸਭ ਤੋਂ ਪਹਿਲਾਂ ਹੁਣ ਦੇਖੋ ਇੱਥੇ ਇਫੈਕਸ਼ਨ ਕੀ ਦਿੱਤੀ 1/10 ਦਿੱਤੀ ਹੈ ਸੋ ਮੈਂ ਬਿਸਕਟ ਪੇ ਲੋ ਪੂਰੇ ਜਿਹੜੇ ਬਿਸਕਟ ਹੈਗੇ ਨੇ ਉਹ ਮੈਂ ਇੱਕ ਡਾਇਗਰਾਮ ਦੇ ਵਿੱਚ ਫਿਟ ਕਰਾਂਗਾ ਉਹ ਕਿਸ ਤਰ੍ਹਾਂ ਕਰਾਂਗਾ ਜਿਵੇਂ 1 2 3 4 ਆਗੇ ਕਲੀਅਰ 5 6 7 8 9 10 11 12 13 14 15 16 ਕਲੀਅਰ ਫਿਰ ਇਸੇ ਤਰ੍ਹਾਂ ਬਣਾਈ ਜਾਵਾਂਗਾ ਟੋਟਲ ਮੈਂ ਕਿੰਨੀਆਂ ਬਣਾਵਾਂਗਾ ਟੋਟਲ ਮੈਂ ਬਣਾਵਾਂਗਾ 10 ਲਾਈਨਸ ਇਹ ਕਿੰਨੀਆਂ ਬਣੀਆਂ 1 2 3 4 ਬਣੀਆਂ 4 ਇੱਧਰ ਬਣਾਤੀਆਂ ਇੱਧਰ ਇੱਕ ਹੋਰ ਬਣਾ ਲਓ ਪੰਜ ਇੱਧਰ ਹੋ ਗਈਆਂ ਔਰ ਪੰਜ ਇੱਧਰ ਹੋਣੀਆਂ ਠੀਕ ਹੈ ਬੱਚੇ ਅੱਜ ਟੋਟਲ ਕਰੋਗੇ ਕਿ ਕਿੰਨੇ ਬਿਸਕਟ ਬਣਨਗੇ ਟੋਟਲ ਬਣਗੇ ਤੁਹਾੜ ਕੋ 40 ਬਿਸਕਟਸ ਠੀਕ ਹੈ ਬੱਚੇ 1 2 3 4 5 6 7 8 9 10 ਟੋਟਲ ਜਿੰਨੇ 40 ਬਿਸਕਟਸ ਸੀ 40 ਬਿਸਕਟਸ ਨੂੰ ਮੈਂ 4-4 ਬਣਾ ਕੇ ਉਹ ਉਹਦੇ ਲਾਈਨਸ ਬਣਾ ਦਿਆਂ ਉਹਨੇ ਇੱਕ ਲਾਈਨ ਜਿਹੜੀ ਸੀ ਉਹ ਦੇਖੋ ਆਹ ਬੜੀ ਇੱਕ ਲਾਈਨ ਟੋਟਲ ਲਾਈਨਸ ਕਿੰਨੀਆਂ ਨੇ ਟੋਟਲ ਲਾਈਨਸ ਕਿੰਨੀਆਂ ਨੇ 10 10 ਦੇ ਵਿੱਚੋਂ 1 ਉਹਨੇ ਦਿੱਤੀ ਆਪਣੇ ਸਿਸਟਰ ਨੂੰ ਕਲੀਅਰ 10 ਦੇ ਵਿੱਚੋਂ 1 ਦਿੱਤੀ ਸਿਸਟਰ ਨੂੰ ਸੋ ਜਿਹੜੀ 1 ਦਿੱਤੀ ਉਹਦੇ ਵਿੱਚ ਕਿੰਨੇ ਬਿਸਕਟਸ ਨੇ 1 2 3 4 ਸੋ ਇਟ ਮੀਨਸ ਹਰ ਸਿਸਟਰ ਹਿਸ ਸਿਸਟਰ ਗੈਟ ਹਰ ਸਿਸਟਰ ਗੈਟਸ 4 ਬਿਸਕਟਸ ਪੈਕੇਟ ਆਫ ਪੈਕੇਟ ਪੈਕੇਟਸ ਆਫ 4 ਬਿਸਕਟਸ ਸੋ ਨੇ 4 ਬਿਸਕਟ ਦੇ ਪੈਕੇਟ ਉਹਦੀ ਭੈਣ ਨੇ ਭੈਣ ਨੇ ਲਈ ਸੋ ਬੱਚੇ ਅੱਜ ਵਾਸਤੇ ਇੰਨਾ ਹੀ ਔਰ ਯੂ نو ਆਪਣੇ ਕਾਪੀ ਦੇ ਉੱਤੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰੋ ਅਗਰ ਕੋਈ ਦਿੱਕਤ ਹੈ ਤੇ ਮੈਨੂੰ ਕਮੈਂਡ ਕਰੋ ਤਾਂ ਜੋ ਮੈਂ ਤੁਹਾਡੀ ਪ੍ਰੋਬਲਮਸ ਨੂੰ ਦੇਖ ਸਕਾਂ ਥੈਂਕ ਯੂ ਵੈਰੀ ਮਚ